ਚੋਣਾਂ ਨੂੰ ਮਹਿਜ਼ 2 ਦਿਨ ਬਾਕੀ ਰਹੇਗੇ ਨੇ ਤੇ ਚੋਣ ਪ੍ਰਚਾਰ ਅੱਜ ਸ਼ਾਮ ਤੱਕ ਬੰਦ ਹੋ ਜਾਣਾ ਇਸ ਦੇ ਮੱਦੇ ਨਜ਼ਰ ਸਾਡੇ ਨਾਲ ਕੁਲਵੰਤ ਸਿੰਘ ਮੌਜੂਦ ਨੇ ਗੱਲਬਾਤ ਕਰਨ ਆਮਾਦੀ ਪਾਰਟੀ ਤੋਂ ਕਿਉਂਕਿ ਲੋਕਾਂ ਦਾ ਭਰਪੂਰ ਹੁੰਗਾਰਾ ਮਿਲ ਰਿਹਾ ਹੈ ਕੁਲਵੰਤ ਸਿੰਘ ਕੀ ਕਹੋਗੇ ਕਿ ਇਨਾ ਹੁੰਗਾਰਾ ਮਿਲ ਰਿਹਾ ਹੈ ਤੇ ਉਸ ਤੋਂ ਬਾਅਦ ਅੱਜ ਚੋਣ ਪ੍ਰਚਾਰ ਬੰਦ ਹੋ ਜਾਣਾ ਤਾਂ ਕੀ ਲੱਗਦਾ ਦੇਖੋ ਮੈਂ ਪਿਛਲੇ 1.5 ਮਹੀਨੇ ਤੋਂ ਕਰ ਰਹੇ ਹਾਂ ਚੋਣ ਪ੍ਰਚਾਰ ਔਰ ਹਰ ਰੋਜ਼ ਜਿਹੜਾ ਆਮਾਦੀ ਪਾਰਟੀ ਦਾ ਗਰਾਫ ਹੈ ਜਿਹੜਾ ਉੱਪਰ ਜਾਂਦਾ ਗਿਆ ਔਰ ਲੋਕਾਂ ਦਾ ਜੋਸ਼ ਵੀ ਜਿਹੜਾ ਹੈ ਨਾ ਜੀ ਜੋ ਪਹਿਲੇ ਦਿਨ ਸੀ ਤੇ ਅੱਜ ਜੋ ਅੱਜ ਹੈ ਉਹ ਕਿਤੇ ਜ਼ਿਆਦਾ ਉਹਦਾ ਵੀ ਗ੍ਰਾਫ ਉੱਪਰ ਜਾ ਰਿਹਾ ਆ ਆਮ آدمی ਪਾਰਟ ਨੂੰ ਲੈ ਕੇ ਲੋਕਾਂ ਦੇ ਵਿੱਚ ਬਹੁਤ ਜੋਸ਼ ਹੈ ਡਵੈਲਪਮੈਂਟ ਨੂੰ ਲੈ ਕੇ ਕੀ ਲੱਗਦਾ ਤੁਹਾਨੂੰ ਕਿਉਂਕਿ ਤੁਸੀਂ ਮੇਰ ਵੀ ਰਹੇ ਹੋ ਤੇ ਉਸ ਤੋਂ ਬਾਅਦ ਡਵੈਲਪਮੈਂਟ ਨੂੰ ਲੈ ਕੇ ਕੀ ਕਹੋਗੇ ਕਿ ਮੁਹਾਲੀ ਦੀ ਜੇਕਰ ਜਤ ਜਨ ਤੁਸੀਂ ਤਾਂ ਫਿਰ ਕਿੰਨੇ ਕੁ ਡਵੈਲਪਮੈਂਟ ਦੇਖਣ ਨੂੰ ਮਿਲ ਸਕਦੀ ਹੈ ਦੇਖੋ ਮੁਹਾਲੀ ਸਾਡੇ ਪੰਜਾਬ ਵਿੱਚ ਇੱਕੋ ਇੱਕ ਸ਼ਹਿਰ ਹੈ ਜਿਹੜਾ ਪਲਾਨਡ ਸਿਟੀ ਹੈ ਜਿਹਦੇ ਵਿੱਚ ਹਰ ਜਿਹੜੀ ਫੈਸਿਲਿਟੀਆਂ ਹੈ ਉਹ ਪਲਾਨਡ ਹੈ ਪਾ ਮੀ ਸੀਵਰੇਜ ਆ ਵਾਟਰ ਸਪਲਾਈ ਆ ਸੀਵਰੇਜ ਲਾਈਨਾਂ ਜਿਹਾ ਕਿ ਨੇ ਸਟਰੀਟ ਲਾਈਟਸ ਨੇ ਪਾਰਕਸ ਨੇ ਬਕਾਇਦਾ ਪਲਾਨ ਸਿਟੀ ਹੋਣ ਕਰਕੇ ਇਹ ਜਿਹੜਾ ਸ਼ਹਿਰ ਆ ਇਹ ਬਹੁਤ ਧਿਆਨ ਮੰਗਦਾ ਕਿਉਂਕਿ ਇੱਥੇ ਇੰਟਰਨੈਸ਼ਨਲ ਨੈਸ਼ਨਲ ਜਿਹੜੇ ਵੀ ਜਿਨ੍ਹਾਂ ਦੇ ਵੀ ਪਲੇਅਰਸ ਨੇ ਆਉਣਾ ਇੱਥੇ ਬਿਜ਼ਨਸ ਕਰਨ ਵਾਸਤੇ ਉਹਨਾਂ ਨੂੰ ਇਹ ਚੀਜ਼ਾਂ ਪਹਿਲਾਂ ਚਾਹੀਦੀਆਂ ਨੇ ਸੋ ਸਾਡਾ ਸ਼ਹਿਰ ਆ ਜਿਹੜਾ ਉਹ ਅਟਰੈਕਟ ਕਰਦਾ ਹੈ ਬਿਜ਼ਨਸਮੈਨ ਨੂੰ ਤੇ ਇੰਡਸਟਰੀਸਟ ਨੂੰ ਤੇ ਉਹਦੇ ਲਈ ਬਹੁਤ ਜ਼ਰੂਰੀ ਆ ਵੀ ਉਹਦਾਂ ਦਾ এনवायरमेंट ਜਿਹੜਾ ਉਹ ਇੱਥੇ ਅਸੀਂ ਦਈਏ ਤੇ ਸਾਡੀ ਸਰਕਾਰ ਆ ਜਿਹੜੀ ਉਹ ਇਤ ਐਨਵਾਇਰਨਮੈਂਟ ਦੋਊਗੀ ਤਾਂ ਕਿ ਬਿਜ਼ਨਸ ਬਾਹਰੋਂ ਇੱਥੇ ਆਵੇ ਜਿਹਦੇ ਨਾਲ ਜਿੱਥੇ ਸਾਡਾ ਰੈਵਨਿਊ ਵਧੇ ਉੱਥੇ ਸਾਡੇ ਜਿਹੜੇ ਬੱਚੇ ਨੂੰ ਰੋਜ਼ਗਾਰ ਵੀ ਮਿਲੇ ਤੇ ਮੈਡੀਕਲ ਨੂੰ ਲੈ ਕੇ ਕੀ ਚੈਲੰਜ ਹੋਣਗੇ ਕਿਉਂਕਿ ਬਲਵੀ ਸਿੰਘ ਸਿੱਧੂ ਸਿਹਤ ਮੰਤਰੀ ਸੀ ਤਾਂ ਉਸ ਤੋਂ ਬਾਅਦ ਸਿਹਤ ਨੂੰ ਲੈ ਕੇ ਤੁਹਾਨੂੰ ਕੀ ਲੱਗਦਾ ਕਿੰਨੇ ਕੁ ਘਾਟਾ ਮੁਹਾਲੀ 'ਚ ਦੇਖੋ ਸਿੱਧੂ ਸਾਹਿਬ ਦੇ ਹੁੰਦੇ ਤਾਂ ਸਿਹਤ ਮੰਤਰੀ ਦੇ ਹੁੰਦੇ ਤਾਂ ਲੋਕਾਂ ਦੀ ਸਿਹਤ ਖਰਾਬ ਹੋਈ ਆ ਹਸਪੀਟਲ ਦੀ ਸਿਹਤ ਖਰਾਬ ਹੋਈ ਆ ਕੋਈ ਕਿਸੇ ਕਿਸਮ ਦੀ ਜਿਹੜੀ ਡਿਵੈਲਪਮੈਂਟ ਜਾਂ ਤਰੱਕੀ ਨਹੀਂ ਕੀਤੀ ਗਈ ਨਾ ਹੀ ਇਸ ਵੱਲ ਧਿਆਨ ਦਿੱਤਾ ਗਿਆ ਹੈ ਔਰ ਮੈਂ ਬੜੀ-ਬੜੀ ਮੀਡੀਆਜ਼ 'ਚ ਵੀ ਕਹਿੰਦਾ ਵੀ ਸਾਡਾ ਇੱਕੋ ਇੱਕ ਜਿਹੜਾ ਹਸਪੀਟਲ ਆ ਅੱਜ ਤੱਕ ਮੋਹਾਲੀ ਦਾ ਜਿਹੜਾ ਬੜਾ ਵੱਡਾ ਜਗ੍ਹਾ ਸੀ ਜੀ ਦੀ ਉਹ ਘਟ ਕੇ ਬਹੁਤ ਘੱਟ ਰਹਿ ਗਈ ਹੈ ਪੂਰੇ 5 ਸਾਲ ਦੇ ਵਿੱਚ ਸਰਦਾਰ ਬਲਵੀਰ ਸਿੰਘ ਸਿੱਧੂ ਨੇ ਉਹਦੇ ਵੱਲ ਧਿਆਨ ਤੱਕ ਨਹੀਂ ਤਾਂ ਮੇਰਾ ਖਿਆਲ ਆ ਵੀ ਸ਼ਾਇਦ ਉਹਨਾਂ ਨੇ ਕਿਤੇ 5 ਸਾਲ ਦੇ ਵਿੱਚ ਗੇੜੇ ਬਿਮਾਰੇ ਹੋਵੇ ਉੱਥੇ ਹਸਪੀਟਲ ਦੇ ਵਿੱਚ ਸੋ ਇਸ ਕਰਕੇ ਸਿਹਤ ਸੇਵਾਵਾਂ ਦੇ ਮਾਮਲੇ ਦੇ ਵਿੱਚ ਸਿੱਧੂ ਐਜ਼ ਏ ਮੰਤਰੀ ਬੁਰੀ ਤਰ੍ਹਾਂ ਫੇਲ ਹੋਇਆ ਉਹਨਾਂ ਨਾਲ ਪੰਜਾਬ 'ਚ ਦਾ ਕੀ ਕਰਨਾ ਸੀ ਆਪਣੇ ਹਲਕੇ ਦੇ ਵਿੱਚ ਵੀ ਕੋਈ ਮਾਰਕੇ ਬਾਜੀ ਦਾ ਕੰਮ ਨਹੀਂ ਕੀਤਾ ਸਕਿਓ ਕੈਮਰਾਮੈਨ ਪਰਦੇ ਨਾਲ ਗੁਰਪ੍ਰੀਤ ਸਿੰਘ ਜੀ ਮੀਡੀਆ ਮਹਾਲੀ